ਹਰਦੁਆਰ ਤੋਂ ਰਿਸ਼ੀਕੇਸ਼, ਰਿਸ਼ੀਕੇਸ਼ ਤੋਂ ਹੇਮਕੁੰਟ ਸਾਹਿਬ ਲੈ ਕੇ ਜਾ ਰਿਹਾ ਵਾ ਤੇ ਵਾਪਸ ਲੈ ਕੇ ਵੀ ਆਊਗਾ। ਵਾਹ, ਹਰਦੁਆਰ ਕਿਆ ਬਿਊਟੀਫੁਲ। ਇਹ ਆ ਮੇਨ ਜਿੱਥੇ ਆਉਣਾ ਪੂਜਾ ਹੁੰਦੀ ਹੈ, ਹਰ ਕੀ ਪੌੜੀ। ਲਓ ਜੀ, ਰਿਸ਼ੀਕੇਸ਼ ਗੁਰਦੁਆਰਾ ਹਰਦੁਆਰ ਦੇ ਲਾਗੇ। ਇੱਥੇ ਲੋਕ ਸਟੇ ਕਰਕੇ ਅਤੇ ਗੋਬਿੰਦ ਧਾਮ ਜਾਂਦੇ ਆ। 8-9 ਘੰਟੇ ਲੱਗਦੇ ਆ ਗੱਡੀ 'ਤੇ, ਫਿਰ ਗੋਬਿੰਦ ਧਾਮ ਤੋਂ ਹੇਮਕੁੰਟ ਸਾਹਿਬ ਜਾਂਦੇ ਆ। ਅਤੇ ਨਾਲ ਨਾਲ ਸੁੰਦਰ ਸੁੰਦਰ ਪਹਾੜੀਆਂ ਦਾ ਨਜ਼ਾਰਾ ਆਲੇ ਦੁਆਲੇ, ਅਤੇ ਵਿੱਚ ਗੁਰੂ ਸਾਹਿਬਾਨ ਦਾ ਗੁਰਦੁਆਰਾ ਸਾਹਿਬ, ਆਲੇ ਦੁਆਲੇ ਛੋਟਾ ਛੋਟਾ ਸ਼ਹਿਰ ਵੀ ਹੈਗਾ ਵਾ, ਅਤੇ ਬਹੁਤ ਪਿਆਰਾ ਵਿਊ ਆ। ਨਾਲ ਛੋਟੇ ਛੋਟੇ ਮੰਦਰ ਵੀ ਹੈਗੇ ਆ, ਅਤੇ ਬਹੁਤ ਹੀ ਅਤਿ ਸੁੰਦਰ ਦ੍ਰਿਸ਼ ਹੈਗਾ ਵਾ। ਲਓ ਜੀ, ਹੇਮਕੁੰਟ ਸਾਹਿਬ ਦੇ ਰਸਤੇ ਦੇਖ ਲਓ, ਅਤੇ ਕਿਆ ਬਾਤਾਂ ਜੀ, ਨਜ਼ਾਰੇ ਪੂਰੇ। ਰਸਤੇ ਵਿੱਚ ਥੋੜ੍ਹਾ ਜਿਹਾ ਸਟੇ ਕੀਤਾ, ਇਹ ਬੜੀਆਂ ਡੇਂਜਰਸ ਰਸਤੇ ਇਹਨਾਂ ਨੇ ਪਹਾੜ ਕੱਟ ਕੱਟ ਕੇ ਬਣਾਏ ਆ, ਅਤੇ ਜੇ ਕਿਤੇ ਮਾਸਾ ਵੀ ਇੱਕ ਪੱਥਰ ਵੀ ਹਿੱਲ ਗਿਆ ਅਤੇ ਸਾਰੇ ਰੋਡ ਬੰਦ। ਲਓ ਜੀ, ਹੇਮਕੁੰਟ ਸਾਹਿਬ ਦੇ ਨਜ਼ਾਰੇ ਰਸਤੇ 'ਚ ਜਾਂਦੇ ਆ, ਹੇਮਕੁੰਟ ਸਾਹਿਬ ਨੂੰ ਹੀ ਜਾ ਰਹੇ ਆ। ਅਤੇ ਜਿਹੜਾ ਆਹ ਵਿਊ ਆ, ਇਹਦੇ ਨਜ਼ਾਰੇ ਜਿਹੜੇ ਘਰ ਇਹਨਾਂ ਨੇ ਬਣਾਏ ਆ, ਬੜੇ ਰੰਗ ਬਿਰੰਗੇ, ਅਤੇ ਵੱਧ ਤੋਂ ਵੱਧ ਚੜ੍ਹ ਕੇ ਕਹਿੰਦੇ ਮੈਂ ਸੋਹਣਾ ਬਣਾਇਆ, ਘਰ ਉਹ ਕਹਿੰਦਾ ਮੈਂ ਬਣਾਇਆ ਵਾ। ਮੇਰੇ ਖਿਆਲ ਜਦੋਂ ਜਿਹਦੀ ਇਹਨਾਂ ਨੇ ਰੰਗ ਪਤਾ ਨਹੀਂ ਕਿੱਥੋਂ ਕੱਢ ਕੱਢ ਕੇ ਲਾਏ ਆ, ਕਹਿੰਦੇ ਜੀ ਇੱਦਾਂ ਦੇ ਘਰ ਬਣਾਉਣੇ ਆ ਵੀ ਰੰਗੋਲੀ ਵਰਗੂ ਸਾਰੇ ਰੰਗ ਭਰ ਦੇਣੇ ਆ, ਕੋਈ ਰੰਗ ਛੱਡਣ ਨਾ। ਅਤੇ ਕਿਆ ਬਾਤਾਂ ਜੀ, ਕਿਆ ਖੂਬਸੂਰਤ ਨਜ਼ਾਰੇ, ਆਹ ਕਿਆ ਪਹਾੜੀਆਂ ਦੇ ਅਤੇ ਦਰਿਆਵਾਂ ਦੇ ਨਾਲ ਨਾਲ ਪਾਣੀ ਦੇ ਨਜ਼ਾਰੇ, ਕਿਆ ਬਾਤ ਹੈ ਜੀ, ਆਹ ਦੇਖੋ ਜੀ। ਲਓ ਜੀ, ਹੇਮਕੁੰਟ ਸਾਹਿਬ ਦੂਰੋਂ ਦਰਸ਼ਨ ਕਰ ਸਕਦੇ ਹਾਂ ਤੁਸੀਂ। ਉੱਥੇ ਆਪਾਂ ਜਾਣਾ ਵਾ ਅਤੇ ਕੱਲ੍ਹ ਨੂੰ ਆਪਾਂ ਉੱਥੇ ਪਹੁੰਚਾਂਗੇ, ਅਤੇ ਇਸ ਕਰਕੇ ਹੁਣ ਤੋਂ ਹੀ ਇਹ ਦ੍ਰਿਸ਼ ਤੁਹਾਨੂੰ ਦਿਖਾਉਂਦੇ ਹਾਂ। ਬੜੀ ਦੂਰ ਆ, ਜ਼ੂਮ ਕਰਕੇ ਕੈਮਰੇ ਦਾ ਆਪਾਂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਾ ਰਹੇ, ਉੱਥੇ ਜਾ। ਲਓ ਜੀ, ਹੇਮਕੁੰਟ ਸਾਹਿਬ ਦੇ ਨਜ਼ਾਰੇ ਦੇਖ ਲਓ। ਰਸਤੇ ਦੇ ਵਿੱਚ ਪਾਣੀ ਮਾਰਦਾ ਛੱਲਾ, ਨਜ਼ਾਰੇ। ਲਓ ਜੀ, ਹੇਮਕੁੰਟ ਸਾਹਿਬ ਗੁਰਧਾਮ ਤੋਂ ਜਾਂਦੇ ਹੋਏ ਜਿਹੜੇ ਰਸਤੇ 'ਚ ਵਿਊ ਆਉਂਦੇ ਆ ਕੁਦਰਤੀ, ਰੁਕੇ ਸੀ ਥੋੜ੍ਹੀ ਸਟੇ ਕਰਕੇ, ਘੋੜਿਆਂ ਨੂੰ ਵੀ ਰੈਸਟ ਦਵਾ ਦਈਏ। ਸਵੇਰ ਦੇ 8 ਵੱਜ ਗਏ ਆ ਅਤੇ ਅਸੀਂ 6 ਵਜੇ ਦੇ ਤੁਰੇ ਸੀ। ਹੌਲੀ ਹੌਲੀ ਉਹ ਵੀ ਦਿਖਾ ਦਿਓ ਉੱਧਰ। ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ, ਅਤੇ ਬਹੁਤ ਹੀ ਪਿਆਰਾ ਵਿਊ ਆ, ਅਤੇ ਆਨੰਦ ਆ ਗਿਆ ਬੜਾ। ਸੁਪਨਾ ਹੀ 10 ਸਾਲ ਤੋਂ ਕਿ ਹੇਮਕੁੰਟ ਸਾਹਿਬ ਜਾਵਾਂਗੇ, ਅਤੇ ਗੁਰੂ ਸਾਹਿਬ ਨੇ ਅੱਜ ਪ੍ਰਵਾਨ ਕਰਤਾ ਵਾ, ਅਤੇ ਕਿਆ ਵਿਊ ਆ ਅਤੇ ਕਿਆ ਦਰਸ਼ਨ ਆ ਜੀ। ਬਹੁਤ ਹੀ ਆਨੰਦ, ਅਤਿ ਆਨੰਦ ਆ, ਕਿਤੇ ਹੋਰ ਹੀ ਦੁਨੀਆਂ 'ਚ ਆ ਗਏ ਆ। ਅਤੇ ਬਹੁਤ ਹੀ ਪਿਆਰਾ ਦ੍ਰਿਸ਼ ਆ ਆਲੇ ਦੁਆਲੇ। ਗੁਰਖਾ ਦਰਸ਼ਨ ਦੇਖ ਦੇਖ ਜੀਵਾ,
ਅਸੀਂ ਹੇਮਕੁੰਡ ਸਾਹਿਬ ਤੋਂ ਹੁਣ ਅਸੀਂ ਥੱਲੇ ਨੂੰ ਜਾ ਰਹੇ ਹਾਂ। ਬਹੁਤ ਥੱਲੇ ਨੂੰ ਆ, 6 ਕਿਲੋਮੀਟਰ।